ਅੱਜ ਮੇਰਾ ਜੀ ਕਰਦਾ ਮੈਂ ਖੇਤ ਪੀਜ਼ਾ ਖਾ ਕੇ ਜਾਵਾਂ। 1 2 3 ਓ ਵਾਓ, ਲਓ ਮਿੱਤਰੋ ਇੱਧਰ ਰੈਡੀ ਹੋ ਰਿਹਾ ਆਪਣਾ ਪਨੀਰ ਵਾਲਾ ਪੀਜ਼ਾ। ਬੇਬੇ ਘਰਾਂ ਦੀ ਦੱਸੀਏ ਸਾਰੇ ਨੂੰ, ਅੱਜ ਕਾਹਦੀ ਤਿਆਰੀ ਹੋ ਰਹੀ ਹੈ, ਕੀ ਬਣਨ ਲੱਗਾ ਅੱਜ? ਅੱਜ ਪੀਜ਼ਾ ਬਣਾਉਣ ਲੱਗੇ ਆ। ਲਓ ਮਿੱਤਰੋ, ਅੱਜ ਬਣ ਲੱਗਾ ਪੀਜ਼ਾ ਦੇਸੀ ਤਰੀਕੇ ਨਾਲ। ਇੰਨਾ ਦੇਸੀ ਤਰੀਕੇ ਨਾਲ ਬਣਾਉਣਾ ਕਿ ਤੁਸੀਂ ਵੀ ਘਰ ਬੈਠੇ ਬਣਾ ਸਕਦੇ ਹੋ ਪੀਜ਼ਾ। ਦੇਸੀ ਤਰੀਕੇ ਨਾਲ ਬਣਾਵਾਂਗੇ ਤਵੀ ਤੇ ਦੇਸੀ ਤਰੀਕੇ ਨਾਲ ਬਣਾਵਾਂਗੇ, ਸਾਰਾ ਕੁਝ ਪਾਵਾਂਗੇ। ਮਹਿੰਗੀਆਂ ਮਿਰਚਾਂ ਲੈਣੀਆਂ, 100 ਰੁਪਏ ਦੀ ਇੱਕ ਸਿਰ ਦਾ ਮਿਰਚਾਂ। ਮਿਰਚਾਂ ਤੇ ਬੜਾ ਖਰਚ ਹੋ ਗਿਆ, ਬਾਕੀ ਸਾਡੇ ਤੋਂ ਖਰਚਾ ਤਾਂ ਮਿਰਚ ਤੇ ਬੜਾ ਹੋ ਗਿਆ। ਦੂਜੇ ਤਾਂ ਪ੍ਰੋਗਰਾਮ ਚੱਲ ਥੋੜਾ ਘਣਾ ਹੋ ਹੀ ਜਾਂਦਾ, ਫਰਕ ਪੈ ਜਾਂਦਾ, ਤਾਂ ਆਪਾਂ ਮਿਰਚਾਂ ਤੇ ਬੜਾ ਖਰਚਾ ਹੋ ਗਿਆ। ਤੁਹਾਨੂੰ ਸਟੈਪ ਬਾਏ ਸਟੈਪ ਸਾਰੀਆਂ ਚੀਜ਼ਾਂ ਦਿਖਾਵਾਂਗੇ। ਸੋ ਅੱਜ ਬਣੂਗਾ ਪੀਜ਼ਾ। ਲਓ ਮਿੱਤਰੋ, ਸਭ ਤੋਂ ਪਹਿਲਾਂ ਆਪਾਂ ਲੈਣਾ ਜੇ ਮੈਦਾ। ਮੈਦੇ ਨੂੰ ਬੇਬੇ ਚੰਗੀ ਤਰ੍ਹਾਂ ਛਾਣ ਲੈਣਾ। ਛਾਣਿਆ, ਚੰਗੀ ਤਰ੍ਹਾਂ ਛਾਣਿਆ। ਛਾਣ ਕੇ ਬਾਅਦ ਚੋਂ ਸਾਰੀਆਂ ਚੀਜ਼ਾਂ ਕੱਟ ਕੇ, ਮਿਰਚਾਂ ਰੰਗ ਪਰੰਗੀਆਂ, ਪਨੀਰ ਪਨੂਰ ਸਾਰਾ ਕੁਝ ਪਾ ਕੇ ਘੈਂਟ ਪੀਜ਼ਾ ਬਣਾ ਦੇਣਾ ਅੱਜ ਆਪਾਂ। ਬੇਬੇ ਅੱਜ ਦੱਸੋ, ਅੱਜ ਆਪਾਂ ਲੈ ਕੇ ਕੀ ਆਏ ਜੀਰਿਓਂ ਜਾ ਕੇ? ਮਗਰੀਲਾ। ਉਹ ਮਜਰੇਲਾ ਮਜਰੇਲਾ ਲਿਆਂਦਾ ਦੁਕਾਨ ਤੋਂ, ਤਾਂ ਇੱਥੇ ਸਾਡੇ ਤੋਂ ਤਾਂ ਥਿਆਇਆ ਨਹੀਂ ਹੈ ਇੰਡੀਆਂ ਦੁਕਾਨਾਂ। ਮਜਰੇਲਾ ਚੀਜ਼? ਹਾਂ, ਮਜਰੇਲਾ ਜਾ ਕੇ ਜੀਰਿਓਂ ਲੈ ਕੇ ਆਉਂਦਾ ਖੜੇ ਘਰ। ਮਜਰੇਲਾ, ਸੋ ਆ ਸਾਰੀਆਂ ਚੀਜ਼ਾਂ ਦਿਖਾ ਦਿਓ। ਆ ਕੀ ਪਾਉਣ ਲੱਗੇ ਆਪਾਂ? ਬੇਬੇ ਨੂੰ ਪਤਾ ਸਾਰਾ ਪੀਜ਼ਾ 3 ਗੁੱਠ ਹੁੰਦਾ ਐ ਕਰਕੇ। ਲਓ ਮਿੱਤਰੋ, ਫਿਰ ਸਾਰਾ ਸਮਾਨ ਪਾ ਲਈ, ਫਿਰ ਆਪਾਂ ਤੁਹਾਨੂੰ ਦਿਖਾਉਣੇ ਆ। ਸੋ ਮਿੱਤਰੋ, ਮੈਦਾ ਛਾਣ ਕੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਬੇਕਿੰਗ ਪਾਊਡਰ। ਜੇ ਪਾਇਆ ਆਪਾਂ ਬੇਕਿੰਗ ਪਾਊਡਰ, ਹੁਣ ਪਾਦਾ ਜੇ ਆਪਾਂ ਮਿੱਠਾ ਸੋਡਾ। ਥੋੜਾ ਹੀ ਪਾਉਣਾ, ਜੇ ਬਾਹਲਾ ਪਾਦਾ ਤੇ ਕੰਮ ਖਰਾਬ ਹੋ ਜਾਣੀ ਇਹਦੀ, ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਜੇ। ਤੇ ਹੁਣ ਇਹ ਨਮਕ, ਹੁਣ ਪਾ ਦੇਣਾ ਚਿੱਟਾ ਨੂਣ। ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ, ਆ ਪੀਸੀ ਹੋਈ ਚੀਨੀ। ਲਓ ਵੀ ਖੰਡ ਵੀ ਆਪਾਂ ਦੂਸਰੀ ਪਾਉਣੀ ਹੈ ਬਰੀਕ ਵਾਲੀ। ਇਹ ਮੈਦੇ ਚ ਹੀ ਵਧੀਆ ਬਣਦਾ, ਕਈ ਆਟੇ ਚ ਵੀ ਬਣਾ ਲੈਂਦੇ ਪਰ ਆਟੇ ਚ ਨਾ ਉਹ ਚੀਜ਼ ਨਹੀਂ ਬਣਦੀ ਜਿਹੜੀ ਚੀਜ਼ ਮੈਦੇ ਚ ਬਣਦੀ। ਤੇ ਹੁਣ ਆਪਾਂ ਦਹੀਂ, ਇਹ ਸਾਰੀਆਂ ਚੀਜ਼ਾਂ ਘਰ ਦੀਆਂ, ਪਨੀਰ ਪਨੂਰ ਆਪਣਾ, ਆ ਬਾਕੀ ਚੀਜ਼ਾਂ। ਜੇ ਦਹੀਂ ਨਾ ਵੀ ਹੋਵੇ ਤੇ ਨਿੰਬੂ ਨਿਚੋੜ ਕੇ ਪਾ ਸਕਦੇ ਆ ਵਿੱਚ। ਹਾਂ, ਤਾਂ ਜੋ ਸਾਰਾ ਵਧੀਆ ਬੇਸ ਫਿਰ ਵਧੀਆ ਬਣ ਜੂ। ਆਪਣਾ ਬੇਸ ਕਈ ਹੁੰਦੇ ਮੋਟੇ, ਪਰ ਬੇਬੇ ਆਪਾਂ ਬੇਸ ਰੱਖਣਾ ਪਤਲਾ। ਪਤਲਾ ਰੱਖਾਂਗੇ, ਹਾਂ। ਉਹ ਡਬਲ ਰੋਟੀ ਜਿਹੜਾ ਮੋਟਰਾ ਨਹੀਂ ਕਰਨਾਗਾ, ਹਾਂ, ਬਰੀਕ ਕਰਨਾ ਜਿਹੜਾ ਸੋਹਣਾ ਲੱਗੇ, ਹਾਂ, ਖਾਣ ਚ ਵੀ ਸਵਾਦ ਹੋਵੇ। ਹਾਂ, ਸੋ ਲਓ ਵੀ ਹੁਣ ਇਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਘਿਓ ਵੀ ਪਾਉਣਾ ਵਿੱਚ, ਦੇਸੀ ਘਿਓ ਕਰਦਾ। ਹੁਣ ਪਾਤਾ ਜੇ ਦਹੀਂ, ਪਹਿਲਾਂ ਪਾਇਆ ਆਪਾਂ ਦੇਸੀ ਘਿਓ, ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਪਿਛਲੇ ਵਲੌਗ ਹੋ ਹੀ ਜਾਣਾ ਸੀਗਾ। ਹੋਰ ਬਣਾ ਲਿਆਉਣਾ ਸੀ, ਕਿਹਾ ਤਾਂ ਸੀ ਜੀ ਬਣਾਉਂਦਾ ਇਹ।
ਹੁਣ ਪਹਿਲਾਂ ਚਪੇੜ ਕਿਹੜੀ ਗੱਲ ਤੇ ਟੁੱਕੀ ਘਰੇ ਜਿਹੜਾ ਇੱਧਰ ਟੁੱਕੀ ਹਲੇ ਤੱਕ ਜਿੱਤੇ ਆ ਮੈਨੂੰ ਜਿਹਨੇ ਪਿਛਲਾ ਵਲੌਗ ਨੀ ਵੇਖਿਆ ਵੇਖ ਲਿਓ ਬਹੁਤ ਸੋਹਣਾ ਟੈਟੂ ਬਣਾਇਆ ਸੀ ਪਰ ਇਹਨਾਂ ਨੇ ਆਪਦਾ ਟੈਟੂ ਛਾਪਤਾ ਮੇਰੇ ਏਡਾ ਚਾਹੀਦਾ ਵੀ ਸੀ ਤੇਰੇ ਛਾਪ ਅੱਬਰ ਤਾਂ ਦੋਵੇਂ ਪਾਸੇ ਚਾਹੀਦੇ ਛਾਪਣੇ ਇੱਕ ਪਾਸੇ ਹੀ ਪਈ ਹਜੇ ਬਸ ਇਹਨੂੰ ਐਂ ਕਰਨਾ ਜਦ ਲਓ ਵੀ ਮਿੱਤਰੋ ਹੁਣ ਚੰਗੀ ਤਰ੍ਹਾਂ ਆਪਾਂ ਗੁੰਨ ਲੈਣਾ ਸਾਰਾ ਮਿਕਸ ਕਰ ਲਿਆ ਇਹਨੂੰ 15 ਮਿੰਟ ਲਈ ਰੱਖ ਦੇਣਾ 15 ਮਿੰਟ ਲਈ ਰੱਖਣਾ ਫਿਰ ਫੋਰ ਬੇਬੇ ਫੋਰ 15 ਮਿੰਟਸ ਆਇਆ ਫੋਰ 30 ਮਿੰਟ ਇਹ ਨਾ ਜ਼ਿਆਦਾ ਕਰੜਾ ਕਰਨਾ ਨਾ ਜ਼ਿਆਦਾ ਪਤਲਾ ਕਰਨਾ ਠੀਕ ਠੀਕ ਹੀ ਰੱਖਣਾ ਇਹਨੂੰ ਇਹ ਆਪਣਾ ਮਿੱਤਰੋ ਹੈਗਾ ਬੇਸ ਦੇਸੀ ਬੇਸ ਲਓ ਮਿੱਤਰੋ ਜਿਹੜੀਆਂ ਹੁਣ ਸ਼ਿਮਲਾ ਮਿਰਚਾਂ ਲਿਆਂਤੀਆਂ ਉਹਨਾਂ ਨੂੰ ਆਪਾਂ ਕੱਟਾਂਗੇ ਜਿਹੜੇ ਬੀ ਆ ਬੀ ਇਹਨਾਂ ਦੇ ਸਾਰੇ ਕੱਢਣਾ ਇੱਕ ਵੀ ਬੀ ਨਹੀਂ ਵਿੱਚ ਛੱਡਣਾ ਆਹ ਸ਼ਿਮਲਾ ਮਿਰਚ 3 ਤਰ੍ਹਾਂ ਦੀਆਂ ਇੱਕ ਆ ਪੀਲੀ ਜੀ ਇੱਕ ਲਾਲ ਤੇ ਇੱਕ ਆ ਹਰੀ ਇਹ ਸਾਰੀਆਂ ਚੀਜ਼ਾਂ ਬੇਬੇ ਕੱਟ ਕਰ ਲੇਂਗੇ ਰਾਮੂ ਆ ਗਿਆ ਰਾਮੂ ਇਸ ਬੈਕ ਰਾਮੂ ਅੱਜ ਪਤਾ ਕੀ ਬਣ ਰਿਹਾ ਹੈ ਆਹ ਪਕੌੜੇ ਪਕੌੜੇ ਨਹੀਂ ਪੀਜ਼ਾ ਬਣ ਰਿਹਾ ਹੈ ਪੀਜ਼ਾ ਖਾਏਂਗੇ ਅੱਜ ਠੀਕ ਹੈ ਰਾਮੂ ਖੁਸ਼ ਹੋ ਜਾਂਦਾ ਵੇਖ ਕੇ ਉਦਣ ਆਇਆ ਸੀ ਜਿੱਦਣ ਆਪਾਂ ਜਲੇਬੀਆਂ ਬਣਾਈਆਂ ਉਦਣ ਆਇਆ ਬੇਬੇ ਕੱਟ ਦਾਂਗੇ ਹੁਣ ਪੀਲੀਆਂ ਹਾਂ ਕੱਟਤੀ ਪੀਲੀ ਮਿਰਚ ਇਹ ਮਹਿੰਗੀ ਸੀ ਇਹਨਾਂ ਦਾ ਕਾਚੂ ਲਾਉਣ ਨੂੰ ਵੀ ਜੀ ਕਰਦਾਗਾ ਨਹੀਂ ਕਰਦਾ ਰੱਖੀ ਰੱਖੀ ਆ ਇਹ ਤੇ ਸ਼ੋ ਹੀ ਪਾਈ ਆ ਬੇਬੇ ਇਹਨੇ ਐਂ ਲਾਦਾ ਜੇ ਰੰਗ ਹੀ ਕੀਤਾ ਹੁੰਦਾ ਮੈਂ ਕਿਹਾ ਪੇਂਟ ਕੀਤੀਆਂ ਪੇਂਟਿੰਗ ਕਹਿੰਦਾ ਹਨਾ ਹਾਂ ਹਾਂ ਬਹੁਤ ਸੋਹਣੀ ਇਹਦੀ ਆਹ ਚੀਜ਼ ਵੀ ਮੋਟੀ ਆ ਹਾਂ ਆਪਾਂ ਰੱਖ ਨਹੀਂ ਸਕਦੇ ਆਪਾਂ ਰੱਖ ਨਹੀਂ ਸਕਦੇ ਇਹਦੀਆਂ ਚੀਜ਼ਾਂ ਪਿਆਜ਼ ਆਪਾਂ ਕੱਟਣੇ ਆ ਪਤਲੇ ਪਤਲੇ ਕਿ ਜਿਹੜਾ ਖਾਣ ਚ ਵੀ ਨਜ਼ਾਰਾ ਹੀ ਆ ਜਾ ਬਸ ਇਹ ਵਿੱਚੋਂ ਕੱਢ ਦੇਣੇ ਆਪਾਂ ਕੱਲਾ ਕੱਲਾ ਕਰ ਦੇਣਾ ਲੱਛਿਆਂ ਜਿਹਾ ਵਾਂਗੂ ਬਣ ਜਾ ਬੇਬੇ ਅੱਜ ਤੋਂ ਬਾਅਦ ਆਪਾਂ ਨੂੰ ਸ਼ੀਸ਼ੇ 'ਚ ਮੂੰਹ ਵੇਖਣ ਦੀ ਲੋੜ ਹੀ ਨਹੀਂ ਪਤਾ ਕਿਉਂ ਛਕਾ ਤੋ ਲੈ ਐਡੀ ਫੋਟੋ ਆ ਸਾਡਾ ਕੈਮਰਾਮੈਨ ਵੇਖੋ ਕੈਮਰਾ ਰੋਲ ਐਕਸ਼ਨ ਪਰ ਜੋ ਨਜ਼ਾਰਾ ਖੇਤ ਆ ਕੇ ਆਉਂਦਾ ਘਰੇ ਨੀ ਮਿਲਣਾਗਾ ਕਿਉਂਕਿ ਖੇਤ ਠੰਡੀ ਠੰਡੀ ਹਵਾ ਉੱਤੋਂ ਮੌਸਮ ਵੀ ਘੈਂਟ ਉੱਤੋਂ ਹਰਿਆਲੀ ਵੀ ਸੋਹਣਾ ਖੇਤ ਬਾਹਰੋਂ ਆਇਆ ਹੱਸਦਾ ਖੇਡਦਾ ਬਾਹਰੋਂ ਆਇਆ ਹੱਸਦਾ ਖੇਡਦਾ ਨੀਂਦਿਆ ਬਿਠਾਉਂਦਾ ਟੋਲੀ ਨੀ ਮੈਂ ਨੀ ਕਿਸੇ ਦੇ ਭਾਂਡੇ ਮਾਂਜਣੇ ਆਏ ਹਾਏ ਮੈਂ ਨੀ ਕਿਸੇ ਦੀ ਗੋਲੀ ਤਾਈਏ ਸਿਰ ਚੜ ਗਿਆ ਮੈਂ ਨੌਜਵਾਨੋਂ ਬੋਲੀ ਤਾਈਏ ਸਿਰ ਚੜ ਗਿਆ ਮੈਂ ਨੌਜਵਾਨੋਂ ਬੋਲੀ ਤਾਈਏ ਸਿਰ ਚੜ ਗਿਆ ਇਹ ਬੇਬੇ ਕਿਹਨੂੰ ਗਿਆ
ਬਾਪੂ ਨੂੰ? ਨਹੀਂ ਯਾਰ, ਤੇ ਅਸਲ ਚ ਬਾਪੂ ਦੇ ਬੜੇ ਕਮੈਂਟ ਆਉਂਦੇ ਕਿ ਬਾਪੂ ਜੀ ਅੱਜ ਕੱਲ ਵਲੌਗ ਚ ਨੀ ਦਿਖਾਈ ਦੇ ਰਹੇ। ਉਹ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਬਾਪੂ ਜੀ ਚੂਗਣਾ ਟੁੱਟ ਗਿਆ ਸੀ ਤੇ ਓਪਰੇਸ਼ਨ ਹੋਇਆ ਸੀ। ਹੁਣ ਥੋੜਾ ਟਾਈਮ ਪਹਿਲਾਂ ਉਹ ਫੇਰ ਵਿਚਾਰੇ ਤੁਰੇ ਜਾਂਦੇ, ਡਿੱਗ ਪਏ ਸੀ ਤੇ ਉਹਨਾਂ ਦਾ ਮਾਸ ਪਾੜ ਗਿਆ ਸੀਗਾ, ਉਹਨਾਂ ਕਰਕੇ ਤੁਰਿਆ ਨਹੀਂ ਜਾਂਦਾ। ਉਹ ਵਿਚਾਰੇ ਜਿਵੇਂ ਤੁਰ ਲੈਂਦੇ ਜਿਆਦਾ ਨੀ, ਬੈਡ ਰੈਸਟ ਤੇ ਹੁੰਦੇ, ਸੋ ਤਾਂ ਕਰਕੇ ਉਹ ਜਿਆਦਾ ਘਰੇ ਹੀ ਹੁੰਦੇ ਆ। ਆ ਤੁਸੀਂ ਆਹ ਹਿਸਾਬ ਲਾ ਲਓ, ਆ ਵੇਖੋ ਨੂੰ ਐਡੀਆਂ ਸੋਹਣੀਆਂ ਲੱਗੀ ਜਾਂਦੀਆਂ ਚੀਜ਼ਾਂ ਤੇ ਜਦੋਂ ਖਾਧਾ ਲਾ ਵੀ। ਆ ਪਨੀਰ ਵੀ ਆਪਣਾ ਘਰ ਦਾ ਵਧੀਆ ਸਾਰੇ, ਮੈਂ ਤਾਂ ਹੀ ਕਿਹਾ ਦੇਸੀ ਚੀਜ਼ ਦੇਸੀ ਤਰੀਕੇ ਨਾਲ ਪੀਜ਼ਾ ਬਣਾਉਣਾ, ਹਰ ਇੱਕ ਚੀਜ਼ ਕਰਦੀ। ਪਰ ਆ ਆਪਾਂ ਬਾਜ਼ਾਰੋਂ ਲਿਆਂਦਾ ਬਹੁਤ ਟੂ ਮੱਚ ਐਕਸਪੈਂਸਿਵ ਬਣਾਈਏ, ਫਿਰ ਫੁੱਲ ਗਿਆ ਇੱਦਾਂ ਹਲਵਾਈ ਦੇ ਢਿੱਡ ਵਾਂਗੂ ਰੋਟੀ ਗਿਆ। ਮਿੱਤਰਾ ਬੇਸ ਸਾਨੂੰ ਲੱਗ ਰਿਹਾ ਸੀ ਮੋਟਾ ਸੀਗਾ, ਕਿਉਂ ਨਾ ਥੋੜਾ ਜਿਹਾ ਹੋਰ ਵਿੱਚੋਂ ਆਟਾ ਜਿਹਾ ਕੱਢ ਦਿੱਤਾ ਜਾਵੇ, ਮੈਦਾ ਨਿਕਾਲ ਦਿੱਤਾ ਜਾਵੇ। ਬੇਸ ਆਪਾਂ ਪਤਲਾ ਰੱਖਣਾ ਕਿਉਂਕਿ ਜਿੰਨਾ ਪਤਲਾ ਹੋਊਗਾ ਉਨਾ ਹੀ ਸਵਾਦ ਆਊਗਾ। ਤੇ ਆਹ ਸਾਰੀਆਂ ਚੀਜ਼ਾਂ ਪਾ ਕੇ ਚਾਰ ਚੰਦ ਲੱਗ ਜਾਣੇ, 5 ਸਟਾਰ ਪੀਜ਼ਾ ਬਣ ਜਾਣਾ ਆਪਣਾ। ਤੇ ਅੱਜ ਬਣਾਉਣ ਲੱਗੇ ਮਿੱਤਰੋ ਪਨੀਰ ਵਾਲਾ ਪੀਜ਼ਾ। ਵਾਹ ਜੀ ਵਾਹ, ਇਹਨੂੰ ਚੰਗੀ ਤਰ੍ਹਾਂ ਜਿਵੇਂ ਮਮਾ ਆਪਾਂ ਉਹਨੂੰ ਵੇਲਦੇ ਆ ਹਨਾ, ਰੋਟੀ ਨੂੰ ਵੇਲਦੇ ਆ, ਉਸੇ ਤਰ੍ਹਾਂ ਹੱਥ ਨਾਲ ਵੀ ਐਂ ਕਰ ਸਕਦੇ ਆ ਆਪਾਂ। ਹਾਂ, ਇਹਨੂੰ ਆਪਾਂ ਬੇਸ ਨੂੰ ਜਮਾ ਪਤਲਾ ਕਰ ਦੇਣਾ। ਆਪਣੀ ਪੀਜ਼ੇ ਵਾਲੀ ਟੀਮ ਹੈ ਪਨੀਰ ਵਾਲੀ। ਹਾਂ, ਪਨੀਰ ਪੀਜ਼ਾ ਟੀਮ ਪਹੁੰਚ ਚੁੱਕੀ ਆ ਖੋਸਾ ਦਾਲ ਸਿੰਘ ਦੇ ਖੇਤਾਂ ਵਿੱਚ। ਤੇ ਇੱਥੇ ਅੱਜ ਬਣੂਗਾ ਪਨੀਰ ਵਾਲਾ ਪੀਜ਼ਾ। ਉਹ ਵੀ ਸੱਜਣੋ, ਇਹਨੂੰ ਆਪਾਂ ਬੇਸ ਨੂੰ ਜਮਾਂ ਪਤਲਾ ਜਿਹਾ ਰੱਖਣਾ ਆ ਤੇ ਅੱਜ ਬਣਾਉਣਾ ਪੀਜ਼ਾ ਪੂਰਾ ਜ਼ਬਰਦਸਤ। ਆ ਤਵੀ ਜੀ ਵੱਡੀ, ਜਿੱਡੀ ਤਵੀ ਓਡਾ ਪੀਜ਼ਾ ਬਣਾਉਣਾ, ਬਿੱਗ ਪੀਜ਼ਾ। ਵੀ ਬੇਸ ਤੇ ਜਿਹੜਾ ਆਪਾਂ ਹੋਰ ਪ੍ਰਾਂਤ ਜੀ ਲੈ ਲਈ ਆ ਢੱਕਣ ਜਾ, ਇਹ ਤੇ ਘਿਓ ਲਾ ਕੇ ਰੱਖਣਾ ਤਾਂ ਜੋ ਨਾਲ ਜੰਮੇ ਨਾ, ਛੇਤੀ ਸੌਖਾ ਨਿਕਲ ਜਾਵੇ। ਹਾਂ, ਚੱਕਿਆ ਜਾਵੇ ਸੌਖਾ। ਲਓ ਵੀ ਸਾਰੇ ਤੇ ਆਪਾਂ ਘਿਓ ਲਾ ਲਿਆ ਦੇਸੀ ਘਿਓ। ਇਹ ਐਂ ਕਰ ਕਰ ਬੇਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਕਰ ਦੇਣਾ ਲੰਮਾ ਬੇਬੇ। ਹਾਂ, ਵੇਖੀ ਤਾਂ ਸੇ ਸੋਹਣਾ ਕਿੱਡਾ ਲੱਗਦਾ ਉਧਰ ਵੇਖ। ਲਓ ਵੀ ਮਿੱਤਰੋ, ਬੇਸ ਨੂੰ ਆਪਾਂ ਸਾਈਡ ਤੋਂ ਇਦਾਂ ਇਦਾਂ ਕਰ ਦੇਣਾ, ਸੋ ਸਾਰਾ ਚੀਜ਼ਾਂ ਵਿੱਚ ਰਹਿਣਾ, ਆਸੇ ਪਾਸੇ ਨਾ ਨਿਕਲ। ਹਾਂ, ਆਸੇ ਨਾ ਨਿਕਲ ਚੀਜ਼ ਜਿਹੜਾ ਕੀ ਆਟਾ ਹੂਰ ਨਾ ਲੰਮਾ ਹੋ ਜਾਏ ਆਪਣਾ ਮੈਦਾ ਜਾਂ। ਲਓ ਵੀ ਬੇਸ ਬਹੁਤ ਸੋਹਣਾ ਤਿਆਰ ਹੋ ਗਿਆ ਯਾਰ, ਪਤਲਾ ਜਿਹਾ ਇੱਡਾ ਘੈਂਟ ਹਨਾ। ਲਓ ਵੀ ਆਹ ਜਿਹੜੀ ਚੀਜ਼ ਇਹ ਬਹੁਤ ਜ਼ਰੂਰੀ ਬੇਬੇ, ਹੁਣ ਆਪਾਂ ਕੀ ਕੱਢਣੀਆਂ ਵਾ? ਹੁਣ ਆਪਾਂ ਮੋਰੀਆਂ ਕੰਮੀਆਂ, ਮੋਰੀਆਂ ਇਸ ਕਰਕੇ ਕੱਢਣੀਆਂ ਤਾਂ ਜੋ ਹਵਾ ਨਾ ਪਾਸ ਹੁੰਦੀ ਰਵੇ, ਨਹੀਂ ਤੇ ਇਹਨੇ ਫੁੱਲ ਜਾਣਾ ਜੇ ਸਮਾਨ ਨਾ ਡਿੱਗੇ। ਚਲੋ, ਇਹ ਬਹੁਤ ਜ਼ਰੂਰੀ ਹੈ ਕਰਨੀਆਂ, ਕਿਵੇਂ ਸਾਰੇ ਜਾਣੇ ਲੱਗ ਗਏ ਬੇਬੇ ਇੱਕੋ ਤਾਂ ਤੇ ਨਹੀਂ ਕਰਨੀਆਂ। ਮੈਂ ਐਡਵਰਡ ਕਰ ਰਹੀ ਹਾਂ, ਤੁਹਾਡੇ ਨਾਲ ਜ਼ਿਆਦੇ ਕਰ ਮੈਂ ਡਿਜ਼ਾਈਨ ਬਣਾਉਣੀ ਆ ਤੁਹਾਡੇ ਵਾਂਗੂ, ਥੋੜੋਂ ਕਰਦੀ ਆ ਮੈਂ ਡਿਜ਼ਾਈਨ ਬਣਾਉਣੀ ਆਵੇ। ਇਹ ਕਿਹੜਾ ਡਿਜ਼ਾਈਨ ਆ? ਐ ਵੇਖ ਲੈ ਡਿਜ਼ਾਈਨ ਬਣਾ, ਇਹ ਕਿਹੜਾ ਡਿਜ਼ਾਈਨ ਪਹੁੰਚਿਆ ਦੇ ਬਣਾਉਣੇ ਆ ਵੇ ਵੇ ਡਿਜ਼ਾਈਨ ਬਣਾਉਣੀ ਆਵੇ। ਬਸ ਕਰ ਜਾ, ਤੂੰ ਤਾਂ ਖੇਡ ਹੀ ਪੈ ਗਿਆ। ਲਓ ਮਿੱਤਰ, ਹੁਣ ਲਾਵਾਂਗੇ ਆ ਪੀਜ਼ਾ ਸੌਸ, ਇਹ ਵੀ ਆਪਣੀ ਹੋਮਮੇਡ ਆ। ਇਹਦੀ ਰੈਸਪੀ ਵੀ ਤੁਹਾਨੂੰ ਅਲੱਗ ਦੱਸਾਂਗੇ ਕਿ ਕੀ ਕੀ ਚੀਜ਼ਾਂ ਪਾ ਕੇ ਬਣਾਈ ਆ। ਜੇ ਅਸੀਂ ਹੁਣ ਦਿਖਾਉਣ ਲੱਗ ਫਿਰ ਵਲੌਗ ਬੜਾ ਲੰਮਾ ਹੋ ਜਾਣਾ, ਸੋ ਇਹਨੂੰ ਆਪਾਂ ਕਿਸੇ ਦਿਨ ਅਲੱਗ ਵਲੌਗ ਬਣਾਵਾਂਗੇ। ਪੀਜ਼ਾ ਸੌਸ ਸਾਰੇ ਬੇਸ ਤੇ ਲਾ ਦੇਣੀ। ਲਓ ਵੀ ਘੈਂਟ ਬਣ ਜਾਣਾ ਯਾਰ, ਇਹਦੀ ਤਾਂ ਫਰੈਗਰੈਂਸ ਹੀ ਬੜੀ ਘੈਂਟ ਆ ਹਨਾ। ਲੈ ਬੇਬੇ, ਹੁਣ ਆਪਾਂ ਵੀ ਕੀ ਪਾਉਣਾ ਵਿੱਚ? ਮਜਰੇਲਾ। ਲਓ ਵੀ ਹੁਣ ਆਪਾਂ ਪਾ ਦੇਣਾ ਮਜਰੇਲਾ ਕੀ ਸਾਰੇ ਬੇਸ ਤੇ, ਬੇਸ ਦੇ ਉੱਪਰ। ਲਓ ਵੀ ਮਮਾ,
ਪਾਤੀਆਂ ਹੁਣ ਆਪਾਂ ਜਿਹੜਾ ਮੇਨ ਆਪਣਾ ਬਣ ਲੱਗਾ ਪਨੀਰ ਵਾਲਾ ਪੀਜ਼ਾ, ਪਨੀਰ ਪਾ ਕੇ ਫਿਰ ਆਪਾਂ ਪਾ ਦੇਣੇ ਕੌਰਨ ਬੇਬੇ। ਇਹਨਾਂ ਨਾਲ ਬੇਬੇ ਟੇਸਟ ਵੇਖੀ ਏਡਾ ਘੈਂਟ ਆ ਜਾਣਾ ਨਾ। ਲਓ ਵੀ ਇਹ ਆਪਾਂ ਥੋੜਾ ਜਿਹਾ ਪਾ ਦੇਣੀਆਂ, ਨਾ ਨਾ ਥੋੜੀਆਂ ਜਾਂ ਕੁਛ ਰੱਖ ਲਓ ਫੇਰ ਪਾ ਲੈ ਜੋ। ਹਾਂ ਉਹ ਬਾਅਦ ਚ ਪਾਵਾਂਗੇ। ਲਓ ਜੀ, ਲਓ ਵੀ ਮਿੱਤਰੋ ਜਿਹੜੀਆਂ ਵੀ ਚੀਜ਼ਾਂ ਆਪਾਂ ਪਾਉਣੀਆਂ ਨੇ ਵੈਜੀਟੇਬਲ ਪਾਤੀਆਂ ਸਾਰਾ ਕੁਛ ਵੇਖਣ ਨੂੰ ਏਡਾ ਘੈਂਟ ਲੱਗੀਆਂ ਨਾ, ਤੁਸੀਂ ਵੇਖ ਹੀ ਲਓ। ਇਹਨਾਂ ਦੇ ਲਾਸਟ ਤੇ ਆਪਾਂ ਪਾਉਣਾ ਮਜਰੇਲਾ, ਇਹਦੇ ਉੱਪਰ ਮਾੜਾ ਮਾੜਾ ਪਾ ਦਾਂਗੇ। ਬਾਅਦ ਜੋ ਇਹਨੂੰ ਆਪਾਂ ਰੱਖਣਾ ਤਵੀ ਤੇ, ਡਾਇਰੈਕਟ ਤਵੀ ਤੇ ਰੱਖ ਦੇਣਾ ਤੇ ਬਾਅਦ ਜੋ ਆਪਣਾ ਹੋ ਜਾਣਾ ਪੀਜ਼ਾ ਰੈਡੀ। ਇੰਨਾ ਘੈਂਟ ਬਣਨਾ ਨਾ ਉਹ ਤੁਸੀਂ ਅੱਗੇ ਵੇਖਿਓ ਫਿਰ। ਲਓ ਮਿੱਤਰੋ ਜੇ ਵੀਡੀਓ ਵੇਖ ਕੇ ਵਧੀਆ ਲੱਗ ਰਹੀ ਆ ਕਰਾਂ ਦੀ, ਵੀਡੀਓ ਨੂੰ ਲਾਈਕ ਕਰ ਦਿਓ ਬੇਬੇ। ਘੱਟੋ ਘੱਟ ਕਿੰਨੇ ਲਾਈਕ ਕਰਨ? 10,000 ਬੇਬੇ। 10,000 ਨਹੀਂ ਕਰਨੇ ਉਹਨਾਂ ਨੂੰ, ਕਰਨਗੇ ਕਿਉਂ ਨਾ ਕਰਨਗੇ। ਲਓ ਵੀ ਲੱਗ ਜੂ ਪਤਾ ਅੱਜ 10,000 ਲਾਈਕ ਕਰ ਦੇਗੇ ਨਾ, ਕਰ ਦੇਣਗੇ 10,000 ਬੇਬੇ ਦੇ ਕਹਿੰਦੇ 10,000 ਤੋਂ ਜ਼ਿਆਦਾ ਤਾਂ ਭਾਵੇਂ ਹੋ ਜਾਣ ਘੱਟ ਨਹੀਂ ਹੁੰਦੇਗੇ। ਲੈ ਵੀ ਲੱਗ ਜੂ ਪਤਾ ਅੱਜ ਫਿਰ। ਲਓ ਵੀ ਇੱਕ ਸਾਡੇ ਸਬਸਕ੍ਰਾਈਬਰ ਨੇ, ਸਾਡੀ ਵੱਡੀ ਭੈਣ ਰਾਜ ਕੌਰ ਕੈਲੀਫੋਰਨੀਆ ਤੋਂ ਨੇ। ਉਹ ਹਰ ਇੱਕ ਵਲੌਗ ਤੇ ਹਰ ਇੱਕ ਵੀਡੀਓ ਤੇ ਏਡੇ ਸੋਹਣੇ ਸੋਹਣੇ ਕਮੈਂਟ ਕਰਦੇ ਆ, ਸੋ ਥੈਂਕ ਯੂ ਸੋ ਮਚ। ਜੋ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਕਮੈਂਟ ਕਰਦੇ, ਜੇ ਤੁਸੀਂ ਵੀ ਅਗਲੇ ਵਲੌਗ 'ਚ ਵਧੀਆ ਵਧੀਆ ਇਸ ਵਲੌਗ 'ਤੇ ਕਮੈਂਟ ਕਰੋਗੇ ਤੁਹਾਡਾ ਨਾਮ ਵੀ ਆਪਾਂ ਅਗਲੇ ਵਲੌਗ 'ਚ ਬੋਲਾਂਗੇ। ਸੋ ਚਲੋ ਵੀ ਚੱਕੀਏ ਤੇ। ਲਓ ਮਿੱਤਰੋ ਪੀਜ਼ਾ ਆਪਣਾ ਅੱਧਾ ਹੋ ਚੁੱਕਾ ਰੈਡੀ ਤੇ ਹੁਣ ਕਰਾਂਗੇ ਗਰਮ ਤੇ ਬੇਬੇ ਚੱਕ ਦੀਏ ਕੰਮ ਨੂੰ। ਚੱਜ ਨਾ ਰੱਖ ਕਿਤੇ ਮੂਦਾ ਨਾ ਮਾਰ ਦੇਵੀਂ। ਇਹਨੂੰ ਉੱਤੇ ਆਪਾਂ ਢੱਕ ਦੇਣਾ, ਢੱਕ ਦੇਣਾ ਕਵਰ ਕਰਨਾ ਸਾਰਾ। ਚਪੇੜ ਮਾਰਨੀ ਪਹਿਲਾਂ ਝੂਠਾ ਕਰਦੇ ਬਾਂਦਰ। ਬਾਂਦਰ ਤਾਂ ਹੈਗਾ, ਬਾਂਦਰ ਦਾ ਇਹ ਕੰਮ ਕਰਦਾ ਫਿਰਦਾ। ਲਓ ਵੀ ਗੁੜਕਦਾ ਫਿਰਦਾ, ਲੂਤ ਲੂਤ ਕਰਦਾ ਫਿਰਦਾ। ਇਹਨੂੰ ਆਪਾਂ ਤਾਂ ਢੱਕਦੇ ਇਹਦੇ ਉੱਤੇ ਸੇਕ ਲਵਾਉਣਾ ਹੁਣ ਆਪਾਂ ਨਾ, ਰੱਖ ਦੇ ਉੱਤੇ ਬੇਬੇ। ਹਾਂ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਉਦੋਂ ਪੀਜ਼ਾ ਬਣਾਉਂਦੇ ਹੁੰਦੇ? ਕਿੱਥੇ ਪੁੱਤ ਪੀਜ਼ਾ ਬਣਾਉਂਦੇ ਹੁੰਦੇ ਸੀ, ਉਹਦੇ ਭੱਠੀ ਦੇ ਉੱਤੇ ਦਾਣੇ ਬਣਾ ਲਿਆਈਦੇ, ਛੋਲਿਆਂ ਦੇ ਬਣਾ ਲਈਦੇ, ਮੱਕੀ ਦੇ ਬਣਾ ਲਈਦੇ ਤੇ ਖਾ ਲਈਦੇ ਸੀ। ਪੀਜ਼ਾ ਤਾਂ ਕੋਈ ਜਾਣਦਾ ਵੀ ਨਹੀਂ ਸੀਗਾ, ਹੁਣ ਹੀ ਪੀਜ਼ੇ ਆਏ ਆ ਤੇ ਹੁਣ ਹੀ ਖਾਣ ਲੱਗੇ ਆ। ਤੇ ਉਹ ਮੱਕੀ ਮੁੱਕੀ ਦੇ ਦਾਣੇ ਸਾਰੇ, ਮੱਕੀ ਦੇ ਦਾਣੇ ਤੇ ਪਹਿਲਾਂ ਛੋਲੇ ਛੁੱਲੇ ਪੰਜੀਰੀ ਨਜ਼ਾਰਾ ਆਉਂਦਾ ਸੀ, ਨਜ਼ਾਰੇ ਵਾਧੂ ਆਉਂਦੇ ਸੀ, ਹੁਣ ਪੀਜ਼ਾ ਦੇ ਹੁਣ ਨਜ਼ਾਰੇ ਆਉਣ ਲੱਗੇ। ਅੱਜ ਖਾਵਾਂਗੇ ਫਿਰ ਨਜ਼ਾਰੇ, ਅੱਜ ਖਾਵਾਂਗੇ ਨਜ਼ਾਰਿਆਂ ਵਾਲਾ। ਫਿਰ ਪੀਜ਼ਾ, ਪੀਜ਼ਾ ਖਾ ਕੇ ਫਿਰ ਕੀ ਹੋਊਗਾ? ਫਿਰ ਕੀ, ਜਾ ਕੇ ਸੌਂ ਜਾਗੇ ਬੰਦ, ਹੋਰ ਕੀ ਨਜ਼ਾਰੇ ਆਉਣਗੇ। ਇਹ ਲਓ ਵੀ ਮਿੱਤਰੋ ਇਹ ਆਪਣਾ ਰੈਡੀ ਹੋ ਚੁੱਕਾ ਜੇ। 1, 2, 3 ਓ ਵਾਓ। ਲਓ ਵੀ ਇਹ ਆਪਣਾ ਬਣ ਗਿਆ ਪਨੀਰ ਵਾਲਾ ਪੀਜ਼ਾ, ਘੈਂਟ ਆਇਆ। ਮੂੰਹ 'ਚ ਪਾਣੀ, ਸਾਡੇ ਵੀ ਮੂੰਹ 'ਚ ਆ ਗਿਆ ਪਾਣੀ। ਹੁਣ ਆਪਾਂ ਇਹਨੂੰ ਖਾਵਾਂਗੇ ਦੇਸੀ ਤਰੀਕੇ ਨਾਲ, ਬਣਾਇਆ ਤੇ ਦੇਸੀ ਤਰੀਕੇ ਨਾਲ ਹੀ ਖਾਵਾਂਗੇ। ਫਿਰ ਆਪਾਂ ਵੱਟ ਤੇ ਬਹਿ ਕੇ ਖਾਵਾਂਗੇ। ਓਏ ਹਾਂ, ਇੱਧਰ ਰਿਹਾ ਬਹੁਤ ਬੜਾ ਜਿਹੜੇ ਫੁੱਲ ਦੇ ਨਾ, ਸਿਰਾ ਹੋ ਗਿਆ ਸਿਰਾ। ਲਓ ਵੀ ਸੱਜਣੋ ਦੇਸੀ ਟੇਬਲ ਆਪਣਾ ਹੋ ਚੁੱਕਾ ਹੈ ਰੈਡੀ। ਇੱਦਾਂ ਦਾ ਮਾਹੌਲ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ, ਦੇਸੀ ਤਰੀਕੇ ਨਾਲ ਬਣਾਇਆ, ਦੇਸੀ ਮਾਹੌਲ ਆ, ਮਾਹੌਲ ਪੂਰਾ ਇੱਕ ਨੰਬਰ। ਆਸੇ ਪਾਸੇ ਕੈਮਰਾ ਮੈਨੂੰ ਬੇਨਤੀ ਦਿਖਾ ਦਿੱਤਾ ਜਾਵੇ, ਖੁੱਲੀ ਡੁੱਲੀ ਹਵਾ। ਬੇਬੇ ਖਾਈਏ ਫਿਰ, ਖਾਓ ਖਾਓ। ਸਾਰਿਆਂ ਦਾ ਮੂੰਹ ਵੇਖੋ, ਪੀਜ਼ੇ ਵਾਲੀ ਆ, ਅੰਦਰ ਤਾਂ ਗਿੱਧਾ ਪਈ ਆ, ਅੰਦਰ ਢਿੱਡ ਦੇ ਅੰਦਰ ਤੇ ਚੂਹੇ ਕਬੱਡੀ ਖੇਡੀ ਜਾਂਦੇ ਆ। ਕੱਟ ਦਈਏ ਫਿਰ, ਕੱਟੋ ਕੱਟੋ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
ਸਿੱਧਾ ਸਿੱਧਾ ਕੱਟੀ ਹੁਣ, ਕੱਟਣ ਚ ਨਾ ਖਰਾਬੀ ਕਰਦੀ, ਬਣਿਆ ਐਡਾ ਸੋਹਣਾ ਆਗੇ ਪਤਾ ਲੱਗੂ ਕ੍ਰਾਂਚੀ ਆ ਕਿ ਬ੍ਰਾਂਚੀ ਆ। ਲਓ ਮਿੱਤਰੋ ਸਭ ਤੋਂ ਪਹਿਲਾਂ ਆਪਾਂ ਖਵਾਵਾਂਗੇ ਬੇਬੇ ਨੂੰ। ਬੇਬੇ ਦੱਸੂ ਕਿਵੇਂ ਦਾ ਬਣਿਆ। ਛਿਆਕ ਦੋ ਕੰਮ ਨੂੰ ਬੇਬੇ, ਖਾ ਲਓ। ਲਓ ਵੀ ਸੱਜਣੋ ਸਾਰਿਆਂ ਨੇ ਖਾ ਲਿਆ, ਹੁਣ ਸਾਰਿਆਂ ਤੋਂ ਆਪਾਂ ਪੁੱਛਾਂ ਕਿੱਦਾਂ ਦਾ। ਮੰਮੀ ਕਿੱਦਾਂ ਬਣਿਆ? ਬਹੁਤ ਸਵਾਦ। ਸੱਚੋ ਜੀ ਦੱਸਣਾ, ਸੱਚੀ ਦੱਸਦੇ ਬੇਬੇ, ਤੈਨੂੰ ਕਿਵੇਂ ਲੱਗਾ? ਮੈਨੂੰ ਤਾਂ ਬਹੁਤ ਸਵਾਦ ਲੱਗਾ। ਨਜ਼ਾਰਾ ਆਇਆ? ਨਜ਼ਾਰਾ ਆ ਗਿਆ। ਡੈਡੀ ਜੀ ਤੁਸੀਂ ਸਾਰੇ ਜਾਣੇ ਨੇਰੀ ਲਿਆਈ ਆ ਪੱਕਾ। ਲਓ ਮੈਂ ਤਾਂ ਸਾਰਿਆਂ, ਸਾਨੂੰ ਤੇ ਸਾਰਿਆਂ ਨੂੰ ਸਵਾਦ ਲੱਗਾ, ਨਾਲੇ ਨਾਲ ਤੁਹਾਨੂੰ ਵੀ ਸਵਾਦ ਲੱਗਣਾ ਚਾਹੀਦਾ। ਤੁਹਾਨੂੰ ਸਵਾਦ ਉਦੋਂ ਲੱਗਣਾ ਜਦੋਂ ਤੁਸੀਂ ਘਰੇ ਬਣਾਇਆ ਤੇ ਖੇਤ ਬਣਾਏ ਜੀ, ਇਹਦਾ ਮਾਹੌਲ ਹੀ ਵੱਖਰਾ ਹੋ ਜਾਣਾ। ਤੇ ਜ਼ਰੂਰ ਖਾਇਓ ਬੇਬੇ, ਇੰਜੋਏ ਕਰ ਰਹੇ ਹੋ? ਹਾਂਜੀ। ਅੱਜ ਮੇਰਾ ਜੀ ਕਰਦਾ ਮੈਂ ਖੇਤ ਪੀਜ਼ਾ ਖਾ ਕੇ ਜਾਵਾਂ, ਮੇਰਾ ਜੀ ਕਰਦਾ ਮੈਂ ਖੇਤ ਪੀਜ਼ਾ ਖਾ ਕੇ ਜਾਵਾਂ। ਇੱਕ ਖਾ ਤੇ ਲਿਆ, ਹੋਰ ਕਿੰਨੇ ਖਾਣੇ ਆ? ਘਰੇ ਜਾ ਕੇ ਹੋਰ ਬਣਾਵਾਂ, ਹੋਰ ਅੱਜ ਰੋਜ ਖਾਵਾਂ ਨਹੀਂ ਮੈਂ, ਘਰੇ ਜਾ ਕੇ ਹੋਰ ਬਣਾਵਾਂ। ਮਗਿਆਈ ਜਾਂਦੀ ਪੱਟੀ, ਚਿੰਤਾ ਦਾ ਬਾਪੂ ਕੀ ਕਰੇ, ਕਿੱਥੇ ਜਾਂਦੀ ਖੱਟੀ, ਕਿੱਥੇ ਜਾਂਦੀ ਖੱਟੀ। ਬੇਬੇ ਖੱਟੀ ਦਾ ਪਤਾ ਨਹੀਂ ਕਿੱਥੇ ਜਾਣਾ, ਆਪਾਂ ਘਰੇ ਚੱਲੀਏ। ਇਹ ਦੱਸ ਪੀਜ਼ਾ ਕਿਵੇਂ ਬਣਿਆ ਪਹਿਲਾਂ? ਬੜਾ ਹੀ ਸਵਾਦ ਬਣਿਆ, ਹੁਣ ਘਰੇ ਆ ਕੇ ਹੋਰ ਬਣਾਵਾਂਗੇ। ਬੇਬੇ ਦੀ ਰਚਨਾ, ਓਕੇ ਬਾਏ, ਲਵ ਯੂ, ਲਾਈਕ ਸ਼ੇਅਰ ਕਮੈਂਟ। ਹੋਰ ਬਣਾਵਾਂਗੇ? ਨਹੀਂ ਬੇਬੇ, ਬਸ ਹੋਰ ਨਹੀਂ ਬਣਾਉਣਾ। ਨਹੀਂ ਬਣਾਵਾਂਗੇ, ਜਦੋਂ ਆਟਾ ਬਚਿਆ ਕੀ ਕਰਨਾ ਇਹ, ਉਹਦਾ ਬਣਾ ਲਾਂਗੇ। ਬੇਬੇ ਨਹੀਂ ਰੱਜਦੀ, ਓਕੇ ਜੀ, ਲਵ ਯੂ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਸਾਰ ਕੁਛ ਕਰ ਦਿਓ।